ਜੀ ਜਦੋਂ ਕਿਤੇ ਟੀਵੀ ਤੇ ਜਾਂ ਕਿਤੇ ਵੀ ਕਥਾ ਹੋਵੇ ਤੇ ਦਾਸ ਪਹੁੰਚ ਕੇ ਕਥਾ ਸੁਣਦਾ ਹੈ, ਕਦੇ ਕਦੇ ਵੀ ਇਹਨਾਂ ਨੇ ਕਿਸੇ ਮੁਤਾਬਕ ਵੀ ਕਦੇ ਨਿੰਦਿਆ ਨਹੀਂ ਕੀਤੀ ਤੇ ਜਿਹੜੀ ਗੱਲ ਕੀਤੀ ਹੈ ਉਹ ਠੋਸ ਕੀਤੀ ਹੈ। ਉਹਨਾਂ ਨੇ ਸੰਗਤਾਂ ਦੇ ਦਰਸ਼ਨ ਕਰਨੇ ਨੇ। ਮੈਂ ਛੋਟੀਆਂ ਛੋਟੀਆਂ ਦੋ ਕਵਿਤਾਵਾਂ ਕਹਿ ਕੇ ਖਿਮਾ ਤੇ ਜਾਜ ਖੋ ਜਾਣਾ ਤੇ ਪਰਵਾਨਾ ਸਾਹਿਬ ਜੀ ਵੱਲੋਂ ਸਾਨੂੰ ਵੀ ਥਾਪੜਾ ਹੈ। ਇੱਕ ਦੋਵਾਂ ਚੌਵਾਂ ਸਟੇਜਾਂ ਤੇ ਇਕੱਠੇ ਹੋਏ ਆ ਤੇ ਉਹਨਾਂ ਕਿਹਾ ਕਿ ਬਹੁਤ ਆਵਾਜ਼ ਬੁਲਾਉਂਦਾ। ਜਥੇਦਾਰ ਗ੍ਰੰਥੀ ਸਾਹਿਬ ਸਿੰਘ ਸਾਹਿਬ ਰਹੇ ਨੇ, ਉਹ ਵੀ ਰੱਬ ਦਾ ਰੂਪ ਨੇ। ਆਓ ਫਤਿਹ ਬੁਲਾਓ ਇੱਕ ਵਾਰਾਂ ਕਹਿਣ ਤੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੱਗ ਤੋਂ ਬੜਾ ਔਖਾ ਤੇ ਪੁੱਤਵਾਰ ਦੀ ਨਹੀਂ ਪਰਵਾਹ ਕੀਤੀ, ਪਿਤਾ ਵਾਰਿਆ ਆਪਣਾ ਕੰਮ ਉੱਤੇ ਪਿਤਾ ਵਾਰਿਆ ਆਪਣਾ ਕੰਮ ਉੱਤੇ ਮਾਤਾ ਗੁਜਰੀ ਠੰਡੇ ਬੁਰਜ ਕੈਦ ਕੀਤੀ, ਦਸ਼ਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ, ਉਹ ਕਾਰੇ ਦੀ ਥਾਂ ਖੂਨ ਪੁੱਤਾਂ ਦਾ ਪਾ ਚੱਲਿਆ, ਦਸ਼ਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ, ਉਹ ਗੁਮਤ ਬਣਾਉਣ ਲਈ ਔਰੰਗਜ਼ੇਬ ਪਾਸੋਂ ਸੀਸ ਆਪਣੇ ਪਿਤਾ ਦਾ ਕਟਵਾ ਲਿਆ, ਗੁਮਤ ਬਣਾਉਣ ਲਈ ਔਰੰਗਜ਼ੇਬ ਪਾਸੋਂ ਸੀਸ ਆਪਣੇ ਪਿਤਾ ਦਾ ਕਟਵਾ ਲਿਆ, ਪੰਜਵੇਂ ਗੁਰਾਂ ਦੇ ਕੋਲੋਂ ਤਤਰੇ ਤਾਂ ਮੰਗ ਮਾਤਾ ਗੁਜਰੀ ਕੋਲੋਂ ਛਣਵਾ ਲਿਆ, ਉਹਦੀ ਇੱਕ ਇੱਕ ਏਟਿਓ ਉਹਦੀ ਇੱਕ ਇੱਕ ਏਟਿਓ ਅੰਮ੍ਰਿਤ ਨਾਲ ਨਹਾ ਚੱਲਿਆ, ਦਸ਼ਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ, ਦਸ਼ਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ, ਉਹ ਖਦਰਾਂ ਨੇ ਢਾਬ ਚੋ ਕੱਢ ਕੇ ਲਿਆਂਦਾ ਘਰ ਪੁੱਤਰਾਂ ਦੇ ਖੂਨ ਚ ਮਿਲਾ ਲਿਆ, ਖਦਰਾਂ ਨੇ ਢਾਬ ਚੋ ਕੱਢ ਕੇ ਲਿਆਂਦਾ ਘਰ ਪੁੱਤਰਾਂ ਦੇ ਖੂਨ ਚ ਮਿਲਾ ਲਿਆ, ਕੜੀ ਚਮਕੌਰ ਤੋਂ ਸੀ ਇੱਟਾਂ ਮੰਗਵਾਈਆਂ ਉਹਨਾਂ ਰਾਜ ਸਰਹੰਦ ਤੋਂ ਮੰਗਾ ਲਿਆ, ਉਹ ਕੜੀ ਚਮਕੌਰ ਤੋਂ ਸੀ ਇੱਟਾਂ ਮੰਗਵਾਈਆਂ ਉਹਨਾਂ ਰਾਜ ਸਰਹੰਦ ਤੋਂ ਮੰਗਾ ਲਿਆ, ਦੋ ਲਾਲ ਕੀਮਤੀ ਨੀਹਾਂ ਵਿੱਚ ਚਣਵਾ ਚੱਲਿਆ, ਦਸ਼ਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ। ਮੇਰੇ ਉਸਤਾਦ ਮਾਸਟਰ ਕੁੰਦਨ ਸਿੰਘ ਜੀ ਹੋਰਾਂ ਵੱਲੋਂ 500 ਰੁਪਇਆ, ਮਾਸਟਰ ਇੰਦਰਜੀਤ ਸਿੰਘ ਜੀ ਉਹਨਾਂ ਵੱਲੋਂ 100 ਰੁਪਇਆ, ਮਾਸਟਰ ਪ੍ਰੇਮ ਸਿੰਘ ਜੀ ਉਹਨਾਂ ਵੱਲੋਂ 100 ਰੁਪਇਆ ਮਾਣ ਆਇਆ ਹੈ, ਅਵਤਾਰ ਸਿੰਘ ਜੀ ਸਰਪੰਚ ਸਾਹਿਬ, ਹੋਰ ਸੰਗਤਾਂ ਵੱਲੋਂ ਬੇਨਤ ਮਾਮਲੇ ਆ ਰਹੇ ਨੇ, ਮੈਂ ਨਾਂ ਨਹੀਂ ਲੈ ਸਕਦਾ ਅਤੇ 2-3 ਮਿੰਟ ਦੀ ਕਵਿਤਾ ਕਹਿਣੀ ਆ ਹੋਰ ਆਪਾਂ ਆਪਣੇ ਟਾਈਮ ਵਿੱਚ ਰਹਿ ਕੇ। ਆਓ ਬਾਬਾ ਦੀਪ ਸਿੰਘ ਜੀ ਨੇ ਜਦੋਂ ਹਰਿਮੰਦਰ ਸਾਹਿਬ ਦੇ ਉੱਤੇ ਅਬਦਾਲੀਆਂ ਦਾ ਕਬਜ਼ਾ ਹੋ ਗਿਆ, ਛਡਾਉਣ ਵਾਸਤੇ ਅਰਦਾਸ ਕੀ ਕੀਤੀ ਹੈ, ਅਜੇ ਤੱਕ ਕੋਈ ਇਹ ਅਰਦਾਸ ਨਹੀਂ ਕਰ ਸਕਿਆ ਕਿ ਸ਼ਹੀਦ ਵਾਧਾ ਹੋਵਾਂਗਾ ਅਤੇ ਪਹਿਲਾਂ ਹਰਿਮੰਦਰ ਸਾਹਿਬ ਆਜ਼ਾਦ ਕਰਾਵਾਂਗਾ।
आओ वार बड़े प्यार नाल श्रवण करिए। सरदार चैसल सिंह जी, पिंडर साहब कुलदीप सिंह जी, मैं टाइम थोड़ा नहीं, टाइम कीमती है, ये जिहड़ा टाइम सानू मिलिया बहुत कीमती है, थोड़ा नहीं, इस करके मेरे सारे ही भैन भरा अपने ने माया दे जा रहे हो, तुसी धन्नवाद है। बाबा दीप सिंह जी दी वार, हल्ला बोल के बाबा दीप सिंह मान लै है फज जावना हो कंगना कच दिया हल्ला बोल के बाबा दीप सिंह फिड़े जा मुगलां दे संग ओना बड़ बड़ सत्थर ला दते हो कई दलियो दलां दे विचों लंघ उथे तड़ तड़ चलिया गोलियां ओ सिर उड़ दे वांग पतंग तड़ी चलिया गोलियां यो हो सके होंगे बिच मदान दे ओ कलगी थर दे दलां दे अमोरिया कैप्टन दर्शन सिंह जी उन्हां वल्लों अपने बच्चों नूं माण मिलिया सतगुरु चढ़दी कला करन तड़ तड़ चलियां गोलियां सिर उड़दे वांग पतंग नाले खड़ खड़ तेगां खड़कियां ज्यों वीणियों टुट दिया वांग वांग गन्नियां लाशां दे ढेर लग गए उथे लहू दी वहदी गंग कई मुगलानियां रंडियां होया लाल धरती दा रंग काली खपुर लेके पहुंच गई लहू मजदी कर दिया मंग सिंगा लाके मोरा सब ते हो किते सब दे लिफाफे बंद के मोरा सब ते तारन तारिया मैं बुलहारिया ओ सतगुरु अपने सिंगा ला के मोरा सब ते किते सब दे लिफाफे बंद प्रेमी होई हरानी सबनो प्रेमी होई हरानी सबनो सिंगा लाके मोहरा सब ते किते सब दे लिफाफे बंद प्रेमी होई हरानी सबनो एह होली सी के जंगा याद रहिंदियां हो रहिंदियां ओ दीप सिंघा तेरियां जग उत्ते रहिंदियां बहादुरा ओ तेरियां हां जी हां बारा तुरियां जा दास बाबा जी घूमणा वाले दा सेवक है उन्होंने मैनू अमृत छकण लो कहा ते जिहड़ा संघर्ष होया ओदे विच भी पूरा हिस्सा पाया मोरां ते डांगा खादियां गल्लां नहीं कीतियां स्टेज ते कीता ओ दस रहे हैं
ਮੈਨੂੰ ਇੱਕ ਗੱਲ ਦਾ ਨਹੀਂ ਪਤਾ ਲੱਗਾ, ਅੰਮ੍ਰਿਤ ਦੇ ਸੀਕੇ ਬਾਟੇ ਚੋਂ ਛਕਦੇ ਹਾਂ, ਜਦੋਂ ਅੰਮ੍ਰਿਤਧਾਰੀ ਲੜਦੇ ਆ ਨਾ ਆਪਸ ਵਿੱਚ, ਉਦੋਂ ਦੂਸਰਿਆਂ ਦਾ ਦਾਓ ਲੱਗਦਾ ਹੈ। ਇਸ ਕਰਦਾ ਵੀ ਖਿਆਲ ਕਰਨਾ ਚਾਹੀਦਾ ਸਾਨੂੰ, ਸਾਡੀ ਕੌਮ ਨੂੰ, ਸਾਡੇ ਜਥੇਦਾਰਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।